ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਤਨਾ ਦੇ ਹਿਸਾਬ ਨਾਲ ਹੋ ਰਹੀ ਹੈ ਭਾਜੀ ਤਿਆਰ। ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਭਾਜੀ। ਬਟਾਲਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਗੁਰੂ ਸਾਹਿਬ ਜੀ ਦਾ ਅੱਜ ਤੋਂ 537 ਸਾਲ ਪਹਿਲਾਂ ਵਿਆਹ ਹੋਇਆ ਸੀ, ਉੱਥੇ ਗੁਰੂ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਤੇ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹਨ ਅਤੇ ਅੱਜ ਵੀ ਹਰ ਸਾਲ ਦੀ ਤਰ੍ਹਾਂ ਗੁਰੂ ਜੀ ਦੇ ਵਿਆਹ ਪੁਰਬ ਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ 'ਚ ਲੱਖਾਂ ਦੀ ਤਗਾਦ 'ਚ ਸੰਗਤ ਦੇਸ਼ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ। ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੋੜਾ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਆਈ ਹੋਈ ਸੰਗਤ ਦੇ ਲਈ ਵਿਆਹ ਵਾਲੇ ਘਰ ਦੀ ਤਰ੍ਹਾਂ ਹੀ ਭਾਜੀ ਤਿਆਰ ਕੀਤੀ ਜਾ ਰਹੀ ਹੈ ਤੇ ਇਹ ਭਾਜੀ ਕੁਇੰਟਲਾਂ ਦੇ ਹਿਸਾਬ ਦੇ ਨਾਲ ਤਿਆਰ ਹੁੰਦੀ ਹੈ। ਕਈ ਸਾਲਾਂ ਤੋਂ ਸੰਗਤ 'ਚ ਇਹ ਭਾਜੀ ਪ੍ਰਸ਼ਾਦ ਦੇ ਰੂਪ 'ਚ ਵੰਡੀ ਜਾਂਦੀ ਹੈ। ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ 12 ਟਨ ਭਾਜੀ ਤਿਆਰ ਕੀਤੀ ਜਾ ਰਹੀ ਹੈ। ਜੋਗਿੰਦਰਪਾਲ ਦੀ ਰਿਪੋਰਟ ਲਈ ਭਾਰਤ। ਇਹ ਜਿਹੜੀ ਭਾਜੀ ਦੀ ਸੇਵਾ ਵਾ ਪਿਛਲੇ 25 ਸਾਲਾਂ ਤੋਂ ਚੱਲਦੀ ਪਈ ਆ। ਇਹ ਭਾਜੀ ਪਹਿਲਾਂ ਤਾਂ 2-3 ਕੁਇੰਟਲ ਹੁੰਦੀ ਸੀ, ਉਸ ਤੋਂ ਵੱਧਦੀ ਪਹਿਲਾਂ 7 ਕੁਇੰਟਲ 8 ਕੁਇੰਟਲ ਫਿਰ ਵੱਧਦੀ 10 ਟਨ ਪਿਛਲੇ ਸਾਲ ਹੋਈ ਸੀ। ਇਸ ਟਾਈਮ 12 ਟਨ ਦੇ ਕਰੀਬ ਭਾਜੀ ਆ। ਇਹਦੇ ਵਿੱਚ ਸ਼ੱਕਰ ਪਾਰੇ, ਮਿੱਠੀ ਸੇਵੀਂ, ਕਾਠੀ, ਗਧਾਰੀ ਪਕੌੜਾ, ਮਿੱਠੀ ਸੇਵੀਂ, ਮੱਠੀ, ਬਦਾਨਾ ਸੇਵੀਂ ਅਤੇ ਗੁਣੇ ਗੁਣੇ ਵੀ ਸਪੈਸ਼ਲ ਹੀ ਮਹਾਰਾਜ ਦੀ ਕਿਰਪਾ ਨਾਲ ਸੰਗਤ ਦੀ ਸੇਵਾ ਨਾਲ ਵਧੀਆ ਗੁਣੇ ਤਿਆਰ ਕੀਤੇ, ਜਿਹਦੀ ਬਹੁਤ ਡਿਮਾਂਡ ਹੁੰਦੀ ਆ। ਹਰ ਪਿੰਡਾਂ ਸ਼ਹਿਰਾਂ ਤੋਂ ਸਾਨੂੰ ਫੋਨ ਆਉਂਦੇ ਵੀ ਸਾਨੂੰ ਗੁਣਿਆਂ ਦਾ ਪ੍ਰਸਾਦ ਜ਼ਰੂਰ ਦਿੱਤਾ ਜਾਵੇ। ਉਹ ਅਸੀਂ ਇਹ ਜਿਹੜੀ ਭਾਜੀ ਆ ਅਸੀਂ ਕੰਧ ਸਾਹਿਬ ਲੈ ਜਾਂਦੇ ਹਾਂ ਬਾਬਾ ਜੀ ਦੇ ਵਿਆਹ ਵਾਲੇ ਦਿਨ ਰਾਤ ਉਹ ਅਤੇ ਰਾਤ ਨੂੰ ਉੱਥੇ ਰੱਖ ਕੇ ਸਵੇਰੇ ਅਸੀਂ ਜਦੋਂ ਸੰਗਤ ਜਾਣ ਲੱਗਦੀ ਆ ਉਹਨਾਂ ਨੂੰ ਭਾਜੀ ਦੇ ਬਿੱਦ ਬੰਨ ਕੇ ਵੰਡਦੇ ਠਾ ਜਿਹੜੇ ਸੁੱਤੇ ਉਹਨਾਂ ਨੂੰ ਉਠਾਲ ਕੇ ਵੰਡੀ ਦੀ ਬੰਨੀ ਦੀ ਆ। ਆ ਲਓ ਭਾਜ ਆਪਣੀ ਭਾਜੀ ਦੇ ਬਿੱਦ ਦੀ ਸੇਵਾ ਆਪਣੀ, ਤੁਹਾਡਾ ਵਿਆਹ ਸੰਪੂਰਨ ਹੋਇਆ, ਤੁਸੀਂ ਹੁਣ ਚਾਲੇ ਪਾਓ। ਇਸ ਉਸ ਤੋਂ ਬਾਅਦ ਜਿਹੜੀ ਭਾਜੀ ਆ ਇਹ ਜੋੜਾ ਘਰ ਅੰਦਰ ਸਵੇਰੇ ਤੇ ਸ਼ਾਮ ਵੰਡੀ ਜਾਂਦੀ ਆ। ਉਸ ਤੋਂ ਬਾਅਦ ਜਦੋਂ ਰਹਿ 2-3-4 ਦਿਨ ਵੰਡੀ, ਉਸ ਤੋਂ ਬਾਅਦ ਜੇ ਕੋਈ ਆਉਂਦਾ ਵਾ ਫਿਰ ਇੱਥੇ ਆਪਣੇ ਭੰਡਾਰ ਦੇ ਵਿੱਚ ਸੰਗਤ ਆ ਜਾਂਦੀ ਆ ਬੱਸਾਂ ਲੈ ਕੇ, ਕੋਈ ਅੰਮ੍ਰਿਤਸਰ, ਕੋਈ ਚੰਡੀਗੜ੍ਹ, ਕਦੋਂ ਉਹ ਫਿਰ ਇੱਥੋਂ ਵੀ ਬੱਸਾਂ 'ਚੋਂ ਅਸੀਂ ਬੱਸ ਸਾਰਿਆਂ ਨੂੰ ਪ੍ਰਸਾਦ ਮੰਡੀ ਦਾ। ਉਸ ਤੋਂ ਬਾਅਦ ਜੇ ਕੋਈ ਡਿਮਾਂਡ ਕਰੇ, ਜਿੱਦਾਂ ਮੰਨ ਲਓ ਚੰਡੀਗੜ੍ਹ 10-12 ਘਰ ਨੇ ਡਿਮਾਂਡ ਕਰਦੇ ਨੇ, ਅਸੀਂ ਬੋਰੀ ਇੱਥੇ ਭਰ ਕੇ ਉਹ ਪਾਰਸਲ ਬਣਾ ਕੇ ਚੰਡੀਗੜ੍ਹ ਭੇਜ ਦੀਦਾ, ਉੱਥੋਂ ਰਿਸੀਵ ਕਰਕੇ ਸਾਰਿਆਂ ਨੂੰ ਕਿਤੇ ਵੰਡਦਾ। ਜਿਸ ਤਰ੍ਹਾਂ ਲੁਧਿਆਣੇ, ਚੰਡੀਗੜ੍ਹ ਸਾਰੇ ਪਾਸੇ ਪ੍ਰਸਾਦ ਨੂੰ ਭੇਜਿਆ ਜਾਂਦਾ ਹੈ। ਬਾਕੀ ਇੱਥੇ ਸੰਗਤ ਦਾ ਬਹੁਤ ਉਤਸ਼ਾਹ ਹੁੰਦਾ ਵਾ, ਜਿਹੜੀ ਸੰਗਤ ਦਾ ਸਾਡੇ ਨਾਲ ਸਹਿਯੋਗ ਬਹੁਤ ਕਰਦੀ ਹੈ। ਸਾਰੇ ਬਟਾਲੇ ਦੀ ਸੰਗਤ ਹੀ ਸਾਨੂੰ ਪੂਰਾ ਸਹਿਯੋਗ ਦਿੰਦੀ ਆ। ਸਾਨੂੰ ਕਦੇ ਇਹ ਨਹੀਂ ਵੀ ਕਰਨਾ ਪੈਂਦਾ ਵੀ ਸਾਨੂੰ ਆਹ ਹੈ ਨਹੀਂ ਆਹ ਨਹੀਂ, ਵੱਧ ਤੋਂ ਵੱਧ ਕਰੀਦੀ ਆ, ਵਧੀਆ ਤੋਂ ਵਧੀਆ ਕਰੀਦਾ ਅਤੇ ਵਧੀਆ ਤੋਂ ਵਧੀਆ ਮਹਾਰਾਜ ਦੀ ਕਿਰਪਾ ਨਾਲ ਕਾਰਜ ਨੂੰ ਦੇਣਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।